ਪਿਆ ਸਤਿਕਾਰ ਭਾਈ ਸਤਿ ਸ਼੍ਰੀ ਅਕਾਲ ਆ ਜੀ ਸੋ ਵਧੀਆ ਹੋਊਗੇ ਤੁਸੀਂ ਸਾਰੇ ਸੋ ਅੱਜ ਆਪਾਂ ਗੱਲ ਕਰਾਂਗੇ ਜਿਹੜੀਆਂ ਲੇਟੈਸਟ ਅਪਡੇਟਸ ਚੱਲ ਰਹੀਆਂ ਹਨ ਮੀਡੀਆ ਦੇ ਵਿੱਚ ਲਾਈਕ ਆ ਸੋ ਮੈਂ ਤੁਹਾਡੇ ਨਾਲ ਸਾਰੇ ਹਾਈਲਾਈਟਸ ਜਿਹੜੇ ਸ਼ੇਅਰ ਕਰ ਜਾਣੇ ਆ ਸੋ ਨਾਲ ਦੀ ਨਾਲ ਕੁਝ ਤੁਹਾਡੇ ਜਿਹੜੇ ਕਮੈਂਟਸ ਦੇ ਵਿੱਚ ਜ਼ਿਆਦਾ ਕੁਐਸਚਨ ਪੁੱਛੇ ਗਏ ਨੇ ਉਹ ਵੀ ਮੈਂ ਥੋੜ੍ਹੇ ਜਿਹੇ ਤੁਹਾਡੇ ਨਾਲ ਕਵਰ ਕਰਨੇ ਆ ਤਾਂ ਵੀਡੀਓ ਨੂੰ ਜ਼ਰੂਰ ਸਾਰਾ ਦੇਖਿਓ ਅਤੇ ਜੇ ਕਿਸੇ ਦਾ ਕੁਐਸਚਨ ਹੋਇਆ ਤਾਂ ਕਮੈਂਟ ਕਰ ਸਕਦਾ ਆ ਪਹਿਲੀ ਗੱਲ ਆ ਜਿਹੜਾ ਅੱਜ ਸਭ ਤੋਂ ਲੇਟੈਸਟ ਚੱਲ ਰਿਹਾ ਉਹ ਓਮੀਕਰੋਨ ਦੇ ਬਾਰੇ ਓਮੀਕਰੋਨ ਜਿਹੜਾ ਵਾਇਰਸ ਆ ਇਹਦੀ ਕਾਫੀ ਵੱਡੀ ਅਪਡੇਟ ਆ ਰਹੀ ਆ ਸੋ ਇਹਦੇ ਵਿੱਚ ਇਹ ਚੀਜ਼ ਦੇਖੀ ਜਾ ਰਹੀ ਹੈ ਕਹਿੰਦੇ ਵੀ ਜਿਹੜੇ ਕੋਵਿਡ 19 ਦੇ ਕੇਸਿਸ ਆ ਕਾਫੀ ਵੱਡੇ ਲੈਵਲ 'ਤੇ ਵਧਣੇ ਸਟਾਰਟ ਹੋ ਗਏ ਨੇ ਜਿਹੜਾ ਓਮੀਕਰੋਨ ਜਿਹੜਾ ਨਵਾਂ ਵਾਇਰਸ ਆ ਜੇ ਆਪਾਂ ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਅਨੁਸਾਰ ਦੇਖੀਏ ਤਾਂ ਪਿਛਲੇ ਵੀਕ ਦੇ ਵਿੱਚ ਲਗਭਗ 100 ਵਿੱਚੋਂ ਇੱਕ ਜਿਹੜਾ ਅਮੈਰੀਕਨ ਬੰਦਾ ਉਹ ਵਾਇਰਸ ਲਈ ਪੋਜ਼ਿਟਿਵ ਆ ਮਤਲਬ ਕਾਫੀ ਜ਼ਿਆਦਾ ਕੇਸਿਸ ਇਹਦੇ ਵੱਧ ਰਹੇ ਨੇ ਤਾਂ ਇਹਦੇ ਨਾਲ ਕੀ ਹੈ ਇਹਦੇ ਨਾਲ ਕੀ ਆ ਜਿੱਦਾਂ ਹੁਣ ਕੋਵਿਡ ਅੱਜ ਜਿਹੜੇ ਪ੍ਰੈਜੀਡੈਂਟ ਬਾਈਡਨ ਆ ਉਹ ਵੀ ਇਹਦੇ ਪਰ ਆਪਣੀ ਜਿਹੜੀ ਕੇਸਿਸ ਇੰਨੀ ਸਪੀਡ ਨਾਲ ਵਧਣ ਉਹਦੇ ਬਾਰੇ ਥੋੜ੍ਹੀ ਬਰੀਫਿੰਗ ਜ਼ਰੂਰ ਕਰਨਗੇ ਅਤੇ ਨਾਲ ਦੀ ਨਾਲ ਇਹਦੇ ਵਿੱਚ ਕੀ ਚੀਜ਼ ਆ ਵੀ ਟਰੈਵਲ ਦੇ ਵਿੱਚ ਪ੍ਰੋਬਲਮ ਆ ਸਕਦੀਆਂ ਨੇ ਹੁਣ ਕਿਉਂਕਿ ਆ ਵਾਇਰਸ ਦੀ ਕਾਫੀ ਜ਼ਿਆਦਾ ਕੇਸਿਸ ਦੀ ਰਿਪੋਰਟਸ ਆ ਰਹੀਆਂ ਨੇ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਫਲਾਈਟਸ ਕੈਂਸਲ ਹੋ ਰਹੀਆਂ ਨੇ ਜਿੱਦਾਂ ਲਾਈਕ ਆ ਕ੍ਰਿਸਮਸ ਤੋਂ ਹੀ ਇਹ ਸਟਾਰਟ ਹੋ ਗਿਆ ਸੀਗਾ ਵੀ ਫਲਾਈਟਸ ਜਿਹੜੀਆਂ ਕੈਂਸਲ ਹੋ ਰਹੀਆਂ ਨੇ ਸੋ ਓਮੀਕਰੋਨ ਦਾ ਜਿਹੜਾ ਨਵਾਂ ਵਾਇਰਸ ਆ ਇਹ ਕਾਫੀ ਤੇਜ਼ੀ ਨਾਲ ਫੈਲ ਰਿਹਾ ਆ ਜਿੱਦਾਂ ਕਿ ਇਹ ਮੀਡੀਆ ਚੈਨਲ 'ਚ ਦੱਸ ਰਹੇ ਨੇ ਜੌਨਸ ਹੌਪਕਿਨ ਜਿਹੜੀ ਯੂਨੀਵਰਸਿਟੀ ਆ ਉਹਦੇ ਅੰਕੜੇ ਦੱਸ ਰਹੇ ਨੇ ਸੋ ਇਹ ਸਾਰੇ ਇੱਦਾਂ ਦਾ ਮਤਲਬ ਇੱਦਾਂ ਦੀਆਂ ਨਿਊਜ਼ ਚੱਲ ਰਹੀਆਂ ਜੀ ਮੀਡੀਆ ਦੇ ਵਿੱਚ ਵੀ ਜਿਹੜਾ ਓਮੀਕਰੋਨ ਵਾਇਰਸ ਦੇ ਨਾਲ ਬਹੁਤ ਸਾਰੇ ਹੋਸਪਿਟਲਸ ਜਾਂ UK ਤੋਂ ਦੇਖ ਲਓ ਜਾਂ US ਤੋਂ ਦੇਖ ਲਓ ਚਾਹੇ ਕੈਨੇਡਾ ਤੋਂ ਦੇਖ ਲਓ ਸਾਰਿਆਂ ਤੋਂ ਵੀ ਰਿਪੋਰਟਿੰਗ ਆ ਰਹੀ ਹੈ ਵੀ ਇਹਦੇ ਜਿਹੜੇ ਕੇਸਿਸ ਆ ਕਾਫੀ ਵੱਡੇ ਲੈਵਲ 'ਤੇ ਵੱਧਦੇ ਨਜ਼ਰ ਆਉਂਦੇ ਤਾਂ ਬਹੁਤ ਸਾਰੇ ਸਕੂਲਸ ਵੀ ਜਿਹੜੇ ਕਲੋਜ਼ ਕਰਨੇ ਸਟਾਰਟ ਕਰ ਦਿੱਤੇ ਆ ਸੋ ਇਹ ਆਉਣ ਵਾਲੇ ਟਾਈਮ 'ਚ ਹੁਣ ਦੇਖਦੇ ਹਾਂ ਵੀ ਇਹਦਾ ਕੀ ਫਿਊਚਰ ਰਹਿੰਦਾ ਆ ਕਿਉਂਕਿ ਇੱਕ ਤਾਂ ਜਿਹੜੇ ਮੇਰੇ ਭਰਾ ਇੰਟਰਵਿਊ ਵਾਲੇ ਦੇਖਦੇ ਆ ਉਹਨਾਂ ਨੂੰ ਕਾਫੀ ਟਾਈਮ ਤੋਂ ਵੇਟ ਆ ਬਟ ਜੇਕਰ ਇਹ ਵਾਇਰਸ ਦੀ ਸਪੀਡ ਇੱਦਾਂ ਵੱਧਦੀ ਆ ਤਾਂ ਹੋ ਸਕਦਾ ਇੰਟਰਵਿਊਆਂ ਦੇ ਵਿੱਚ ਡਿਲੇ ਆ ਜਾਵੇ ਜੇਕਰ ਇਹ ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਕੀ ਅੱਜ ਦੇ ਟਾਈਮ ਦੇ ਵਿੱਚ ਮੀਡੀਆ ਦਾ ਹੈ ਨਾ ਯੁੱਗ ਆ ਇੰਟਰਨੈਟ ਦਾ ਯੁੱਗ ਆ ਸੋ ਜੇਕਰ ਇਹ ਇੰਟਰਵਿਊ ਚਾਹੁਣ ਤਾਂ ਹੈ ਨਾ ਜਿੱਦਾਂ ਲਾਈਕ ਆ ਜੂਮ 'ਤੇ ਲੈ ਸਕਦੇ ਨੇ ਜਾਂ ਹੋਰ ਵੀ ਬਹੁਤ ਸਾਰੇ ਐਪ ਨੇ ਫੋਨ 'ਤੇ ਵੀ ਜਿਹੜੀ ਮੀਟਿੰਗ ਇੰਟਰਵਿਊ ਲਈ ਜਾ ਸਕਦੀ ਆ ਸੋ ਨਾਲ ਦੀ ਨਾਲ ਜਿੱਦਾਂ ਕਈ ਵਾਰ ਆਪਣੇ ਜਿਹੜੇ ਬੰਦੇ ਨੇ ਅਸਾਲਮ ਦੇ ਕੇਸ ਹੁੰਦੇ ਨੇ ਫਾਈਨਲ ਜਿਹੜੀ ਵਕੀਲ ਦੇ ਔਨਲਾਈਨ ਹੋ ਜਾਂਦੀ ਆ ਹੈ ਨਾ ਫਾਈਨਲ ਵੀ ਤੁਸੀਂ ਜਿੱਦਾਂ ਲੋਇਰ ਕੋਲ ਬੈਠਾ ਹੁੰਦਾ ਆ ਤੁਹਾਨੂੰ ਲੈਪਟੋਪ ਦੇ ਉੱਤੇ ਵੀਡੀਓ ਕਾਲਿੰਗ ਦੇ ਉੱਤੇ ਹੈ ਨਾ ਜੋ ਜੱਜ ਨਾਲ ਗੱਲਬਾਤ ਹੋ ਜਾਂਦੀ ਹੈ ਇੱਦਾਂ ਇਹ ਵੀ ਯੂਜ਼ ਕੀਤਾ ਜਾ ਸਕਦਾ ਦੂਜਾ ਇਹ ਵੇਵਰ ਵੀ ਦੇ ਸਕਦੇ ਨੇ ਬਹੁਤ ਸਾਰੇ ਇੰਟਰਵਿਊਸ ਨੂੰ ਵੇਵਰ ਵੀ ਦੇ ਸਕਦੇ ਦੇਖਦੇ ਹਾਂ ਥੋੜ੍ਹਾ ਜਿਹਾ ਇਹਨਾਂ ਨੇ ਵੇਵਰਸ ਕੀਤੇ ਨੇ ਬਾਕੀ ਅੱਗੇ ਦੇਖਾਂਗੇ ਇਹਦਾ ਕੀ ਫਿਊਚਰ ਰਹੂਗਾ ਬਟ ਅੱਜ ਇਹ ਨਿਊਜ਼ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਹੜੀ ਓਮੀਕਰੋਨ ਵਾਇਰਸ ਦੇ ਬਾਰੇ ਸੋ ਇਹਦੇ ਨਾਲ ਟਰੈਵਲ ਦੇ ਵਿੱਚ ਫਿਊਚਰ ਦੇ ਵਿੱਚ ਪ੍ਰੋਬਲਮਸ ਆਉਣੀਆਂ ਸਟਾਰਟ ਹੋ ਗਈਆਂ ਨੇ ਸੋ ਨਾਲ ਦੀ ਨਾਲ ਹੁਣ ਮੈਂ ਥੋੜ੍ਹੇ ਤੁਹਾਡੇ ਕਮੈਂਟ ਪੜ੍ਹਾਂ ਇੱਕ ਕਮੈਂਟ ਸਭ ਤੋਂ ਪਹਿਲਾਂ ਮੈਨੂੰ ਕਾਫੀ ਦਿਨ ਤੋਂ ਮੈਸੇਜ ਵੀ ਆਉਂਦਾ ਉਹਨਾਂ ਭਰਾਵਾਂ ਦਾ ਇਹ ਪੁੱਛਦੇ ਨੇ ਭਰਾ ਇਹਨਾਂ ਕੋਲ ਸ਼ੈਨਗਨ ਵੀਜ਼ਾ ਆ ਜਾਂ ਲਾਈਕ UK ਦਾ ਵੀਜ਼ਾ ਹੈ ਉਹ ਬੰਦਾ ਮੈਕਸੀਕੋ ਕਿੱਦਾਂ ਐਂਟਰੀ ਕਰਦਾ ਆ ਜਿਹਦੇ ਕੋਲ ਸ਼ੈਨਗਨ ਵੀਜ਼ਾ ਆ ਤੁਹਾਨੂੰ ਪਤਾ ਹੀ ਹੈ ਵੀ ਜਾਂ ਜਪਾਨ ਦਾ ਵੀਜ਼ਾ ਜਾਂ UK ਦਾ ਵੀਜ਼ਾ ਆ ਸੋ ਇਹਨਾਂ ਸਾਰਿਆਂ ਦੇ ਤੁਸੀਂ ਮੈਕਸੀਕੋ ਐਂਟਰੀ ਕਰ ਸਕਦੇ ਹੋ ਈਜ਼ਲੀ ਹੈ ਨਾ ਬਟ ਜਿੱਥੇ ਵੀ ਤੁਸੀਂ ਐਂਟਰੀ ਲੈਣੀ ਆ ਪਹਿਲਾਂ ਤੁਸੀਂ ਜੇ ਮੰਨ ਲਓ ਤੁਹਾਡੇ ਕੋਲ ਇੰਗਲੈਂਡ ਦਾ ਵੀਜ਼ਾ ਆ ਜਾਂ ਤੁਹਾਡੇ ਕੋਲ ਸ਼ੈਨਗਨ ਵੀਜ਼ਾ ਆ ਤਾਂ ਪਹਿਲਾਂ ਤੁਸੀਂ ਸ਼ੈਨਗਨ ਏਰੀਆ ਦੇ ਵਿੱਚ ਜਾਓ ਅਤੇ ਉੱਥੇ ਵਿਜ਼ਿਟ ਕਰੋ 5-7 ਦਿਨ ਉਹ ਤੋਂ ਬਾਅਦ ਤੁਸੀਂ ਮੈਕਸੀਕੋ ਦੇ ਵਿੱਚ ਉਤਰੋ ਜਿੱਥੇ ਵੀ ਤੁਸੀਂ ਉਤਰਨਾ ਤੁਹਾਡੇ ਕੋਲ ਰਿਟਰਨ ਟਿਕਟ ਹੋਣੀ ਜ਼ਰੂਰੀ ਆ ਨਾਲ ਦੀ ਨਾਲ ਤੁਹਾਡੇ ਕੋਲ ਹੋਟਲ ਬੁਕਿੰਗ ਹੋਣੀ ਜ਼ਰੂਰੀ ਆ ਅਤੇ ਤੁਹਾਡੇ ਕੋਲ ਜਿਹੜੇ ਤੁਸੀਂ ਪਲੇਸਿਸ ਘੁੰਮਣੇ ਆ ਥੋੜ੍ਹੀ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਤੁਸੀਂ ਕਿਹੜੇ ਹੋਟਲ 'ਚ ਰੁਕਣਾ ਆ ਕਿੱਥੋਂ ਜਾਣਾ ਆ ਅਤੇ ਤੁਹਾਡੇ ਕੋਲ ਘੱਟੋ ਘੱਟ $5,000 US ਹੋਣਾ ਵੀ ਜ਼ਰੂਰੀ ਆ ਜ਼ਰੂਰੀ ਨਹੀਂ ਹੈਗਾ ਮਤਲਬ ਲਾ ਕੇ ਚੱਲੋ ਵੀ ਘੱਟੋ ਘੱਟ ਤੁਹਾਡੇ ਕੋਲ $5,000 ਜ਼ਰੂਰ ਹੋਵੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜੇਕਰ ਰਹਿ ਰਹੇ ਹੋ ਵੈਸੇ ਇਸ ਟਾਈਮ ਕੋਵਿਡ ਦਾ ਇਹ ਨਵੀਂ ਜਿਹੜੀ ਪ੍ਰੋਬਲਮ ਆ ਰਹੀ ਹੈ ਤਾਂ ਇਹਦੇ ਨਾਲ ਹੋ ਸਕਦਾ ਆ ਤੁਸੀਂ ਕਿਤੇ ਸਟੱਕ ਵੀ ਹੋ ਸਕਦੇ ਹੋ ਕਿਉਂਕਿ ਇਹ ਜਿਹੜਾ ਵਾਇਰਸ ਆ ਹੁਣ ਫੈਲ ਰਿਹਾ ਕਾਫੀ ਤੇਜ਼ੀ ਨਾਲ ਤਾਂ ਆਉਣ ਵਾਲੇ ਟਾਈਮ 'ਚ ਇਹਦੇ ਤੁਹਾਨੂੰ ਰਿਜ਼ਲਟ ਹੋਰ ਵੀ ਟਰੈਵਲ 'ਤੇ ਮਿਲ ਸਕਦੇ ਨੇ ਸੋ ਇਹ ਮੇਰੀ ਸਲਾਹ ਵੀ ਜ਼ਰੂਰ ਆਪਣਾ ਜਿਹੜਾ ਕੋਈ ਵੀ ਤੁਸੀਂ ਪਲੈਨ ਕਰਨਾ ਆ ਤਾਂ ਥੋੜ੍ਹਾ ਵੇਟ ਕਰ ਲਓ ਜਾਂ ਦੇਖ ਕੇ ਕਰਿਓ ਕਿਉਂਕਿ ਇਸ ਟਾਈਮ ਕੋਵਿਡ ਦੇ ਨਵੇਂ ਜਿਹੜੇ ਕੇਸਿਸ ਆ ਕਾਫੀ ਜ਼ਿਆਦਾ ਵੱਡੇ ਲੈਵਲ 'ਤੇ ਮੀਡੀਆ ਦੇ ਵਿੱਚ ਜਾਂ ਲਾਈਕ ਆ ਚੱਲ ਰਿਹਾ ਜਾਂ ਕਾਫੀ ਵੱਡੇ ਲੈਵਲ 'ਤੇ ਵਰਲਡ ਵਾਈਡ ਇਹਦੀਆਂ ਨਿਊਜ਼ ਚੱਲ ਰਹੀਆਂ ਨੇ ਸੋ ਇਹੀ ਅੱਜ ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਅਪਡੇਟਸ ਸ਼ੇਅਰ ਕਰਨੀਆਂ ਸੀ ਬਾਕੀ ਅਗਲੀ ਵੀਡੀਓ 'ਚ ਕਰਾਂਗੇ ਗੱਲਬਾਤ ਚੰਗਾ ਜੀ ਸਤਿ ਸ਼੍ਰੀ ਅਕਾਲ।